ਅੱਛਾ ਅੱਛਾ ਮਾਨ ਸਾਹਿਬ ਵੈਸੇ ਇੱਕ ਮੈਂ ਗੁਸਤਾਖੀ ਕਰ ਰਹੇ ਹਾਂ ਕਿਉਂਕਿ ਇਹ ਰੇਡੀਓ ਤੇ ਕਰਦੇ ਹੁੰਨੇ ਆ ਅਸੀਂ ਇਹ ਗੁਸਤਾਖੀ ਕਈ ਵਾਰੀ ਅਸੀਂ ਨਾ ਇਹੋ ਜਿਹੀ ਗੁਸਤਾਖੀਆ ਕਰੇ ਕਰੇ ਗੁਸਤਾਖੀ ਇਹ ਹੈ ਬਹੁਤ ਕੁਝ ਨਿਕਲਦਾ ਰਹਿੰਦਾ ਗੁਸਤਾਖੀ ਇਹ ਹੁੰਦੀ ਹੈ ਮਾਨ ਸਾਹਿਬ ਅਸੀਂ ਤਾਂ ਤੁਹਾਡੀ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜੇ ਰੇਡੀਓ ਤੇ ਉਹਦੇ ਵਿੱਚ ਕੀ ਹੁੰਦਾ ਸਾਨੂੰ ਜਿਹੜੇ ਜਿਹੜੇ ਤੁਹਾਡੇ ਪੈਟ ਵਰਡ ਹੈ ਜਿਹੜੇ ਤੁਸੀਂ ਜ਼ਿਆਦਾ ਯੂਜ਼ ਕਰਦੇ ਹੋ ਸਟੇਜ ਦੇ ਉੱਤੇ ਅਸੀਂ ਕੀ ਕਰਦੇ ਹੁੰਨੇ ਆ ਸੀਗਾ ਨਾ ਬਾਬਿਓ ਨਿਮਾਣੇ ਜਿ ਮਾਰ ਨੂੰ ਮਨ ਬਖਸ਼ਾ ਹਜ਼ੂਰ ਐਦਾ ਕਰਕੇ ਨਾ ਤੇ ਇਹ ਜਿਹੜਾ ਬਾਬਿਓ ਵਰਡ ਹੈਗਾ ਇਹ ਤੁਸੀਂ ਗਾਣਿਆਂ 'ਚ ਨਹੀਂ ਲੈਂਦਾ ਕਾਹ ਤੋਂ ਭਲਾ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿਉਂਕਿ ਤੁਸੀਂ ਕਿਉਂਕਿ ਗੱਲ ਸਾਰੀ ਹਸਣ ਖੇਡਣ ਦੀ ਹੈ ਬਾਬਾ ਕਿਉਂਕਿ ਤੁਸੀਂ ਹਸਣ ਖੇਡਣ ਲਈ ਦੁਨੀਆ ਇਹ ਚੀਜ਼ਾਂ ਨੂੰ ਕਰਦੇ ਹੋ ਮੈਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਕਿਸੇ ਨੂੰ ਖੁਸ਼ੀ ਦੇਣਾ ਸਭ ਤੋਂ ਵੱਡੀ ਬਾਤ ਹੁੰਦੀ ਹੈ ਬੰਦਾ ਹੋਊ ਅਮੀਰ ਤੇ ਘਰੇ ਹੋ ਜਿਉਂ ਨੇਕ ਨਹੀਂ ਫਿਰ ਇਨਸਾਨ ਹੈ ਨਹੀਂ ਜਿਹੜਾ ਕੱਡੇ ਦਸਵੰਦ ਨਾਲ ਗੁਰੂ ਕਰਦਾ ਉਹ ਦੋਹੀ ਜਹਾਨੀ ਪਰਵਾਨੇ ਨਹੀਂ ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ ਜਿਹੜੇ ਸ਼ਖਸ ਦੀ ਮਿੱਠੀ ਜ਼ੁਬਾਨ ਹੈ ਨਹੀਂ ਪੁੰਨ ਦਾਨ ਤੇ ਦੋਸਤਾ ਬਹੁਤ ਕਰਦੇ ਮੈਂ ਭੋਲੇ ਨੂੰ ਕਹਿਣਾ ਹੁੰਦਾ ਕਿਉਂਕਿ ਭੋਲੇ ਦੇ ਨਾਂ ਤੇ ਕਈ ਦੀ ਚੁਟਕਲੇ ਸੁਣਾਉਂਦਾ ਤੇ ਫਿਰ ਮੈਂ ਉਹ ਉਸ ਵੇਲੇ ਸੁਣਾਉਣਾ ਉਹਨਾਂ ਪੁੰਨ ਦਾਨ ਤੇ ਭੋਲੇਆ ਬਹੁਤ ਕਰਦੇ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ ਸਰ ਸੇ ਖੁਸ਼ੀਆਂ ਜਿਹੜੀਆਂ ਤੁਸੀਂ ਦਿੰਦੇ ਹੋ ਬਾਬੇ ਇੱਕ ਗੁਸਤਾਖੀ ਮਾਫਤ ਹੈ ਨਹੀਂ 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 ਬਿਲਕੁਲ ਮਾਫ ਹੈ ਬਿਲਕੁਲ ਬੇਰਮ ਕਿਉਂਕਿ ਇਹ ਇਨਾਂ ਚੀਜ਼ਾਂ ਦੇ ਨਾਲ ਦੁਨੀਆ ਖੁਸ਼ ਹੁੰਦੀ ਹੈ ਤੋਂ ਮੇਰੇ ਮੈਂ ਉਹ ਮੈਨੂੰ ਯਾਦ ਹੀ ਕਰਦੇ ਹੋਗੇ ਨਾ ਤੁਸੀਂ ਉਹ ਮੈਨੂੰ ਯਾਦ ਕਰਕੇ ਹੀ ਕਰਦੇ ਹੋਗੇ ਨਾ ਤੇ ਮੈਂ ਉਸ ਖੁਸ਼ੀ ਦਾ ਹਿੱਸਾ ਬਣ ਗਿਆ ਅਰੇ ਵਾਹ ਹਾਂਜੀ ਹਾਂ ਮੈਂ ਉਸ ਦਾ ਜ਼ਰੀਆ ਬਣ ਗਿਆ ਇੱਕ ਹਾਂ ਹਾਂ ਤੋਂ ਜ਼ਰੀਆ ਬਣਨਾ ਬਹੁਤ ਵੱਡੀ ਬਾਤ ਹੁੰਦੀ ਹੈ ਜਿਸ ਦੀ ਜਿਸ ਹਾਸੇ ਪਿੱਛੇ ਕਿਸੇ ਦਾ ਹਿੱਸਾ ਹੋਣਾ ਯੋਗਦਾਨ ਹੋਣਾ ਬਹੁਤ ਐਮਹ ਰੋਲ ਹੈ ਮਤਲਬ ਸਹੀ ਹੈਨਾ ਹਾਂ ਸੋ ਸਾਡੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਬਾਤ ਹੈ ਸਹੀ ਹੈ ਤੇ ਜਿੰਨੇ ਵੀ ਤੁਹਾਡੇ ਫੈਨ ਹੈ ਤੁਹਾਨੂੰ ਅਲਗ-ਅਲਗ ਤਰ੍ਹਾਂ ਦੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਮਾਨ ਸਾਹਿਬ ਸਟੇਜ ਦੇ ਉੱਤੇ ਬਾਬੇਓ ਵਰਡ ਯੂਜ਼ ਕਰਦੇ ਹੁੰਦੇ ਆ ਇੱਕ ਤਾਂ ਇਹ ਪਹਿਲੇ ਦਿਨ ਉਸੇ ਬਾਬੇਓ ਵਰਡ ਆਇਆ ਕਿਥੋਂ ਔਰ ਦੂਜਾ ਹੀ ਤੁਸੀਂ ਗਾਣਿਆਂ ਦੇ ਵਿੱਚ ਕਿਉਂ ਨਹੀਂ ਪਾਇਆ ਹੈ ਬਾਬੇਓ ਫਿਟ ਨਹੀਂ ਮੈਂ ਬਹੁਤ ਵਾਰੀ ਬਹਿ ਕੇ ਵੇਖ ਜਵਾਨਾ ਬਾਬੇ ਪੰਘੜੇ ਪਾਉਂਦਾ ਨੇ ਬਹਿ ਕੇ ਵੇਖ ਜੀ ਪੰਘੜਾ ਪਾਉਂਦਾ ਹੈ ਨਾ ਬਾਬੇਓ ਮਤਲਬ ਐਸਾ ਹਾਂ ਬਾਬੇਓ ਸ਼ਬਦ ਕਿਉਂਕਿ ਇਹ ਪੋਇਟਰੀ ਦੇ ਵਿੱਚ ਸ਼ਾਇਦ ਫਿੱਟ ਹੋਣ ਵਾਲਾ ਨਹੀਂ ਹੈ ਕਿਉਂਕਿ ਬਾਪਿਓ ਹਾਂ ਤੇ ਇਸ ਨੂੰ ਕਿਸ ਤਰ੍ਹਾਂ ਤੁਸੀਂ ਕਹਿਦਰੀ ਹੋ ਸਕਦਾ ਮੇਬੀ ਅੱਜ ਤੁਸੀਂ ਯਾਦ ਕਰਵਾਇਆ ਤੇ ਸ਼ਾਇਦ ਤੇ ਗੌਰ ਮੇਰੇ ਖਿਆਲ ਅੰਦਰ ਸ਼ੁਰੂ ਹੋ ਜਾਏ ਉਹ ਹੋ ਤਾਂ ਕੋਈ ਗੱਲ ਨਿਕਲਿਆ ਹੋਵੇ ਸ਼ਾਇਦ ਪਰ ਇੱਕ ਵਾਰੀ ਪਹਿਲਾਂ ਵੀ ਉਦੋਂ ਵੀ ਮੇਰੇ ਖਿਆਲ ਲਾ ਜ਼ਿਕਰ ਕੀਤਾ ਸੀਗਾ ਕਿ ਕੋਈ ਨਚਾਉਂਦੇ ਮੁੰਡੇ ਕੁੜੀਆਂ ਕੋਈ ਨਚਾਉਂਦੇ ਇਸ ਤਰ੍ਹਾਂ ਅਸੀਂ ਨਚਾਉਂਦੇ ਜਾਂ ਬਾਬੇ ਜਾਂ ਬੁੜੀਆਂ ਹੂੰ ਕੁਝ ਅਸਤਰਾਂ ਦੀ ਗੱਲ ਸੀ ਹਾਂ ਜੀ ਹਾਂ ਉਹ ਮੈਨੂੰ ਹੁਣ ਯਾਦ ਨਹੀਂ ਆ ਰਹਾ ਬਹੁਤ ਪਹਿਲਾਂ ਗੀਤ ਗਾਇਆ ਵੀ ਹਮੇ ओके ओके ਜੀ ਇੱਕ ਗੱਲ ਤੁਸੀਂ ਵੀ ਨੋਟ ਕਰਦੇ ਹੋਵੋਗੇ ਕਿ ਜਿਹੜੇ ਅੱਜਕੱਲ ਗਾਣੇ ਬਣਦੇ ਐ ਸ਼ਬਦਾਂ ਦੇ ਉੱਤੇ ਵੀ ਗਾਣੇ ਬਣ ਜਾਂਦੇ ਐ ਯਾਨੀ ਕਿ ਇੱਕ ਸ਼ਬਦ ਕਿਸੇ ਨੂੰ ਚੰਗਾ ਲੱਗਿਆ ਕਿ ਯਾਰ ਅੱਜਕੱਲ੍ਹ ਜ਼ਮਾਨੇ ਦੇ ਵਿੱਚ ਅਤ ਅਤ ਇਹ ਵਰਡ ਪਹਿਲਾਂ ਤੱਕ ਕਦੇ ਸੁਣਿਆ ਨਹੀਂ ਸੀਗਾ ਅੱਜਕੱਲ੍ਹ ਜ਼ਮਾਨੇ 'ਚ ਅਤ ਵਰਡ ਆਇਆ ਚਲੋ ਵੀ ਅਤ ਦੇ ਉੱਤੇ ਗਾਣੇ ਬਣ ਗਏ ਫਿਰ ਅੱਜਕੱਲ੍ਹ ਜੀ ਸਵੇਗ ਹਾਂ ਸਵੇਗ ਵਰਡ ਨਵਾਂ ਆ ਇਹਦੇ ਉੱਤੇ ਗਾਣੇ ਬਣ ਗਏ ਪਰ ਮਾਨਸਾ ਜਿਵੇਂ ਜਿਵੇਂ ਤੁਹਾਨੂੰ ਪੁੱਛਾਂ ਕੀ ਤੁਸੀਂ ਅੱਜ ਤੱਕ ਇੱਕ ਵਰਡ ਦੇ ਉੱਤੇ ਕਦੀ ਮਾਨਸਾਬ ਨੂੰ ਕੋਈ ਸ਼ਬਦ ਚੰਗਾ ਲੱਗਿਆ ਹੋਵੇ ਯਾਰ ਇਹ ਸ਼ਬਦ ਚੰਗਾ ਹੈ ਇਹ ਸ਼ਬਦ ਦੇ ਉੱਤੇ ਮੈਂ ਪੂਰਾ ਗਾਣਾ ਬਣਾਵਾ ਕਦੀ ਐਸਾ ਹੋਇਆ ਮੇਰੇ ਖ ਇਸ ਤਰ੍ਹਾਂ ਨਹੀਂ ਕਦੇ ਹੋਇਆ ਪਰ ਮੈਨੂੰ ਮੇਰੇ ਲਾਈਫ ਦੇ ਵਿੱਚ ਇੱਕ ਸੱਜਣ ਸ਼ਬਦ ਹੈ ਜਿਹੜਾ ਮੈਂ ਬਹੁਤ ਜੀਨੂੰ ਗੀਤਾਂ ਦੇ ਵਿੱਚ ਗਾਇਆ ਹੈ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੇ ਸਾਨੂੰ ਕਿੰਨੇ ਸੋਹਣੇ ਲੱਗਦੇ ਦੁਪਹਿਰ ਹਾਂ ਸੱਜਣਾ ਵੇ ਨਹੀਂ ਕਦੇ ਝਗੜੇ ਕਰੀਂਦੇ ਮਤਲਬ ਸੱਜਣ ਸ਼ਬਦ ਬਹੁਤ ਯੂਜ਼ ਕੀਤਾ ਪਰ ਇਹ ਨਹੀਂ ਹੈ ਕਿ ਮਤਲਬ ਉਹ ਦਿੱਤੇ ਗੀਤ ਪੂਰੇ ਦਾ ਪੂਰਾ ਕੋਈ ਇਸ ਤਰ੍ਹਾਂ ਦਾ ਮੇਰਾ ਖਿਆਲ ਆ ਮਿੱਟੀ ਹੈ ਮਿੱਟੀ ਦੇ ਉੱਤੇ ਸ਼ਾਇਦ ਮੈਂ ਪੂਰੇ ਦਾ ਪੂਰਾ ਗੀਤ ਲਿਖਿਆ ਹੋਇਆ ਹੈ ਨੀ ਮਿੱਟੀਏ ਵਾਹ ਲੱਗੇ ਉਡ ਜਾਣਾ ਹਾਂ ਉਹਦੇ ਤੁਸੀਂ ਮੈਂ ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗਲ ਮਿੱਟੀ ਦਾ ਬਾਣਾ ਮਾਂ ਮੇਰੀ ਨੇ ਮਿੱਟੀ ਜਮੀ ਬਾਬਲ ਮਿੱਟੀ ਖਾਣਾ ਮਿੱਟੀ ਜਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰ ਜਾਣਾ ਹਾਂ ਨੀ ਮਿੱਟੀਏ ਵਾਹ ਲੱਗੇ ਉਡ ਜਾਣਾ ਜਦ ਮਿੱਟੀ ਨੇ ਮਿੱਟੀ ਛੱਡੀ ਸਾਡੇ ਟੁਕ ਟੁਕ ਬਹਿਣ ਮਕਾਣਾ ਨੀ ਮਿੱਟੀਏ ਵਾਹ ਲੱਗੇ ਉਡ ਜਾਣਾ ਇਹਦਾ ਪੂਰੇ ਦਾ ਪੂਰਾ ਗੀਤ ਮੈਂ ਮਿੱਟੀ ਕੁਮਿਆਰਾਂ ਲੱਭੀ ਨਾਲ ਮੇਰੇ ਕੀ ਬੀਤੀ ਮਾਰ ਮਾਰ ਮੇਰੇ ਸਿਰ ਵਿੱਚ ਥਾਪੇ ਸੁਰਮੇ ਵਰਗੀ ਕੀਤੀ ਪਾਣੀ ਸੰਗਰ ਲਾ ਕੇ ਮੇਰੀ ਬਣ ਗਈ ਕੱਚੀ ਕਾਣੀ ਫਿਰ ਕੁਮਿਆਰਾਂ ਗੁੰਨੀਆਂ ਮੈਨੂੰ ਲੱਤਾਂ ਮੁੱਕੀਆਂ ਥਾਣੀ ਨੀ ਮਿੱਟੀ ਇਹ ਬਾਹ ਲੱਗਿਆ ਉੱਡ ਜਾਣਾ ਸਹੀ ਗੱਲ ਫਿਰ ਫਿਰ ਮੈਂ ਅੱਗ ਦੀ ਜੂਨੇ ਪਾਈ ਉਹ ਵੀ ਪਈ ਹੰਡਾਣੀ ਚੱਕਰ ਤੇ ਚੜ ਚੱਕਰ ਕੱਢੇ ਪੈ ਗਈ ਹੋਸ਼ ਭਲਾਣੀ ਫਿਰ ਮੈਂ ਅੱਗ ਦੀ ਜੂਨੇ ਪਾਈ ਉਹ ਵੀ ਪਈ ਹੰਡਾਣੀ ਲਾਲ ਪੀਲੀਆਂ ਫਿਰ ਥੋੜੀ ਦਿਰ ਚ ਬਣ ਬੈਠੀ ਮੈਂ ਗਾਗਰ ਖਸਮਾ ਖਾਣੀ ਇਹ ਮਿੱਟੀਏ ਬਾਹ ਲੱਗੇ ਉੱਡ ਜਾਣਾ ਫਿਰ ਮੇਰੇ ਤੇ ਲਾਲ ਪੀਲੀਆਂ ਮਾਰ ਲਕੀਰਾ ਰੰਗਿਆ ਮੇਰਾ ਬਾਣਾ ਆਏ ਸੁਦਾਗਰ ਸੌਦਾ ਕਰਕੇ ਦੇਗੇ ਮੁੱਲਨ ਤਾਣਾ ਫਿਰ ਮੁਟਿਆਰਾਂ ਸਿਰ ਤੇ ਚੁੱਕ ਕੇ ਘਰ ਵਿੱਚ ਢੋਇਆ ਪਾਣੀ ਹਾਂ ਨਿਤ ਸਿਰਾਂ ਤੇ ਰਹਿੰਦੀ ਰਹਿੰਦੀ ਮੈਂ ਬਣ ਗਈ ਪਟਰਾਣੀ ਫਿਰ ਮੇਰੇ ਵਿੱਚ ਆਕੜ ਆ ਗਈ ਕੋਈ ਨਾ ਮੇਰਾ ਹਾਣੀ ਇਹ ਮਿੱਟੀਏ ਬਾਹ ਲੱਗੇ ਉੱਡ ਜਾਣਾ ਬਹੁਤ ਸਹੀ ਫਿਰ ਹੌਲੀ ਹੌਲੀ ਰਹੀ ਬੀਤਦੀ ਮੇਰੀ ਉਮਰ ਨਿਮਾਣੀ ਰੰਗ ਰੂਪ ਮੇਰੇ ਫਿੱਕੇ ਪੈ ਗਏ ਚੋਵਣ ਲੱਗੇ ਆ ਪਾਣੀ ਇੱਕ ਦਿਨ ਮਾਰੀ ਸਿਰੋਂ ਵਗਾ ਕੇ ਮੈਂ ਗਾਗਰ ਮਰ ਜਾਣੀ ਜਾਂ ਪੱਥਰ ਨਾਲ ਐਸੀ ਵੱਜੀ ਟੁਕੜੇ ਪਈ ਜਵਾਨੀ ਇਹ ਮਿੱਟੀੇ ਵਾ ਲਗੇ ਉੜ ਜਾਣਾ ਟੋਟੇ ਚੁੱਕ ਜਵਾਕਾ ਮੇਰੇ ਗੀਟੀ ਕਢ ਲਈ ਮੇਰੀ ਟੋਟੇ ਚੁੱਕ ਜਵਾਕਾ ਮੇਰੇ ਗੀਟੀ ਕਢ ਲਈ ਮੇਰੀ ਨਿਤ ਰਹੀ ਮੈਂ ਠੇਡੇ ਖਾਂਦੀ ਚੱਲੀ ਮਾਰ ਬਥੇਰੀ ਮੈਂ ਮੇਰੀ ਦੀ ਇਹੋ ਸਜ਼ਾ ਸੀ ਇਹੋ ਹਕੀਕਤ ਮੇਰੀ ਮੂੜ ਮਿੱਟੀ ਨੇ ਮਿੱਟੀ ਰਹਿਣਾ ਨਾ ਕਰ ਮੇਰੀ ਮੇਰੀ ਨਹੀਂ ਮਿੱਟੀੇ ਵਾ ਲਗੇ ਉੜ ਜਾਣਾ ਬਹੁਤ ਕੁ ਤਮਨ ਆ ਇੱਕ ਅੰਦਰ ਹੈ ਕਿ ਇੱਕ ਸ਼ਬਦ ਦੇ ਉੱਤੇ ਤੁਸੀਂ ਇਦਾਂ ਦੇ ਇਹ ਗਾਣੇ ਇਦਾਂ ਬਣੇ ਹੈਗੇ ਹੈ ਹਨਾ ਜੇ ਮਿੱਟੀ ਆਪਣੇ ਆਪ ਚ ਹਕੀਕਤ ਹੈ ਰੋਟੀ ਹੈ ਰੋਟੀ ਆਪਣੇ ਆਪ ਚ ਹਕੀਕਤ ਹਾਂ ਰੋਟੀ ਦੇ ਉੱਤੇ ਵੀ ਗਾਣਾ ਹੈ ਸਾਈਕਲ ਹੈ ਸਾਈਕਲ ਆਪਣੇ ਆਪ ਚ ਗੀਤ ਹੈ ਹੈ ਤਾਂ ਸ਼ਬਦ ਹੀ ਹੈ ਨਾ ਸਹੀ ਗੱਲ ਹੈ ਇੱਕ ਮਸ਼ੀਨਰੀ ਹੈ ਹਾਂ ਰੋਟੀ ਵੀ ਸਾਡੀ ਮਸ਼ੀਨਰੀ ਨੂੰ ਚੋਰਨ ਵਾਲੀ ਮਸ਼ੀਨਰੀ ਹੈ ਸਹੀ ਗੱਲ ਹੈ ਮਿੱਟੀ ਵੀ ਜਿਹਦੇ ਜਿਹਦਾ ਪੰਜ ਤੱਤਾਂ ਦੇ ਵਿੱਚੋਂ ਇੱਕ ਇੱਕ ਮੇਨ ਹਿੱਸਾ ਹੈ ਹਾਂ ਅਸੀਂ ਉਹਦਾ ਹਿੱਸਾ ਹੀ ਹੈ ਸਹੀ ਗੱਲ ਹੈ ਅਸੀਂ ਇੱਕ ਜ਼ਰਰੇ ਹੈ ਉਹਦੇ ਹਾਂ ਮਿੱਟੀ ਸਾਰੀ ਧਰਤੀ ਮਿੱਟੀ ਹੈ ਹਾਂ ਉਸੀ ਉਹਦੇ ਇੱਕ ਜ਼ੋਰ ਮਤਲਬ ਜ਼ਰਰੇ ਹਨ ਜੁਜ ਬਿਲਕੁਲ ਸਹੀ ਹੈ ਜੁਜ